ਮੈਨੂੰ ਪਹਿਲਾਂ ਤਾਂ ਬੜਾ ਇਸ ਗੱਲ ਦੇ ਨਾਲ ਮੈਨੂੰ ਆਪ ਨੂੰ ਦੁੱਖ ਹੋਇਆ ਔਰ ਮੈਂ ਇਹ ਸਮਝਦਾ ਵਾਂ ਕਿ ਇਹ ਸਾਡੀ ਪਾਰਟੀ ਦਾ ਇੰਟਰਨਲ ਅਫੇਅਰ ਆ ਔਰ ਮੈਂ ਫਸਟ ਥਿੰਗ ਦੈਟ ਆਈ ਡਿਡ ਵਾਜ਼ ਕਿ ਮੈਂ ਭਗਵੰਤ ਸਿੰਘ ਮਾਨ ਨੂੰ ਕਾਲ ਕੀਤੀ, ਮੇਰੀ ਗੱਲ ਨਹੀਂ ਹੋ ਸਕੀ ਉਹਨਾਂ ਦੇ ਨਾਲ, ਉਹ ਸਾਡੇ ਪ੍ਰੈਜ਼ੀਡੈਂਟ ਨੇ, ਮੈਂ ਉਹਨਾਂ ਨੂੰ ਇਹ ਬੇਨਤੀ ਕਰਨ ਜਾ ਰਿਹਾ ਅੱਜ ਅਸੀਂ ਇਕੱਠੇ ਹੋ ਰਹੇ ਹਾਂ ਮਲੇਰਕੋਟਲਾ ਸ਼ਾਮ ਨੂੰ ਦੁਬਾਰਾ ਮਹਿਲ ਕਲਾਂ ਬਰਨਾਲੇ ਵਿੱਚ ਕਿ ਇੱਕ ਪਾਰਟੀ ਦੀ ਕੁੱਲ ਆਫਿਸ ਬੇਅਰਸ ਦੀ ਮੀਟਿੰਗ ਸੱਦੀ ਜਾਵੇ ਔਰ ਇਹ ਜਿਹੜੀ ਡਿਸਕੰਟੈਂਟਮੈਂਟ ਹੈਗਾ, ਜਿਹੜਾ ਨਾਰਾਜ਼ਗੀ ਹੈ, ਇਹ ਇੱਕ ਸਾਡੇ ਪਰਿਵਾਰ ਦੀ ਨਾਰਾਜ਼ਗੀ ਆ, ਇਸ ਨੂੰ ਆਪਾਂ ਅੰਦਰ ਬੈਠ ਕੇ ਇਸ ਮਸਲੇ ਨੂੰ ਹੱਲ ਕਰੀਏ। ਕਿਉਂ ਸਾਡੇ 6 ਪ੍ਰਧਾਨਾਂ ਨੂੰ ਅਸਤੀਫਾ ਦੇਣਾ ਪਿਆ, ਕਿਉਂ ਸਾਡੇ 10 ਹਲਕਾ ਇੰਚਾਰਜਸ ਨੂੰ ਅਸਤੀਫਾ ਦੇਣਾ ਪਿਆ, ਅਗਰ ਉਹਨਾਂ ਦੇ ਕੋਈ ਗ੍ਰੀਵੈਂਸਿਸ ਨੇ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਔਰ ਮੈਨੂੰ ਪੂਰਨ ਆਸ ਆ ਕਿ ਅਸੀਂ ਇਸ ਸਾਰੇ ਮਸਲੇ ਨੂੰ ਸੁਲਝਾ ਕੇ ਹਟਾਂਗੇ। ਮੈਂ ਇਹ ਬੜੀ ਵੱਡੀ ਰਿਪੋਰਟ ਸਾਰੀ ਪੜ੍ਹੀ ਆ ਔਰ ਨਵਜੋਤ ਸਿੰਘ ਸਿੱਧੂ ਨੇ ਇਸ ਮਸਲੇ ਨੂੰ ਉਠਾਇਆ ਵਾ। ਮੇਰੀ ਹੁਣ ਮੰਗ ਇਹ ਆ ਕਿ ਬਾਦਲ ਸਾਹਿਬ ਦੀ ਟੈਨਿਓਰ 'ਚ 10 ਸਾਲਾਂ ਵਿੱਚ ਜਿਹੜਾ ਹੈਲੀਕਾਪਟਰ ਦਾ ਮਿਸਯੂਜ਼ ਕੀਤਾ ਗਿਆ, ਐਡਾ ਵੱਡਾ ਬੋਝ ਪੰਜਾਬ ਦੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਪਾਇਆ ਗਿਆ, ਜਦੋਂ ਪੰਜਾਬ ਸਰਕਾਰ ਕੰਗਾਲ ਹੈ, 2.5 ਲੱਖ ਕਰੋੜ ਦੀ ਕਰਜ਼ਈ ਹੈ ਤੇ ਚੀਫ ਮਿਨਿਸਟਰ ਹੈਲੀਕਾਪਟਰ ਨੂੰ ਮਿਸਯੂਜ਼ ਕਰਦੇ। ਇਸ ਗੱਲ ਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ। ਮੈਂ ਨਵਜੋਤ ਸਿੰਘ ਸਿੱਧੂ ਨੂੰ ਕਹੂੰਗਾ ਕਿ ਮਸਲੇ ਤਾਂ ਤੁਸੀਂ ਬਹੁਤ ਉਠਾਏ ਨੇ, ਤੁਸੀਂ ਮਾਈਨਿੰਗ ਦਾ ਮਸਲਾ ਉਠਾਇਆ, ਤੁਸੀਂ ਕੇਬਲ ਮਾਫੀਆ ਦਾ ਮਸਲਾ ਉਠਾਇਆ, ਤੁਸੀਂ ਕਰਪਸ਼ਨ ਦਾ ਮਸਲਾ ਉਠਾਇਆ, ਤੁਸੀਂ ਕਈ ਤਰ੍ਹਾਂ ਦੇ ਮਸਲੇ ਉਠਾਏ ਨੇ, ਲੇਕਿਨ ਜਾਂਚ ਕਿਉਂ ਨਹੀਂ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਜੀ? ਮੈਂ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਮੰਗ ਕਰੂੰਗਾ ਬਤੌਰ ਨੇਤਾ ਵਿਪਕਸ਼ ਕਿ ਇਹ ਜਿਹੜਾ ਮਿਸਯੂਜ਼ ਹੋਇਆ ਵੱਡੇ ਪੈਮਾਨੇ ਦੇ ਉੱਤੇ ਸਟੇਟ ਦੇ ਏਅਰਕ੍ਰਾਫਟ ਦਾ ਤੇ ਹੈਲੀਕਾਪਟਰ ਦਾ, ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਕੱਲੀ ਬਾਦਲ ਦੇ ਟੈਨਿਓਰ ਦੀ ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਹੁਣ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ, ਕਿਉਂਕਿ ਦੈਟ ਸੇਮ ਕਲਚਰ ਆਫ ਮਿਸਯੂਜ਼ ਆਫ ਸਟੇਟ ਏਅਰਕ੍ਰਾਫਟ ਐਂਡ ਮਿਸਯੂਜ਼ ਆਫ ਦੀ ਸਟੇਟ ਹੈਲੀਕਾਪਟਰ ਫੋਰ ਪਰਸਨਲ ਪ੍ਰਾਈਵੇਟ ਐਂਡਸ, ਫੋਰ ਪਰਸਨਲ ਵਿਮਸ ਐਂਡ ਫੈਂਸੀਸ, ਪਹਾੜਾਂ ਵਿੱਚ ਜਾਣ ਵਾਸਤੇ ਇਹ ਕੋਈ ਪੰਜਾਬ ਸਰਕਾਰ ਦਾ ਹੈਲੀਕਾਪਟਰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਗੀ, ਇਹ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੇ ਵਿੱਚੋਂ ਇਸ ਦਾ ਬਿੱਲ ਭਰਿਆ ਜਾਂਦਾ। ਇਸ ਲਈ ਜਿੰਨੀ ਹੈਲੀਕਾਪਟਰ ਦੀ ਜਿਹੜੀ ਇਹ ਸਾਰੀ ਤੇ ਸਟੇਟ ਏਅਰਕ੍ਰਾਫਟ ਦਾ, ਇਹਦੇ ਤੇ ਪੰਜਾਬ ਸਰਕਾਰ ਨੂੰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਕਿ ਕਿੱਥੇ ਕਿੱਥੇ ਉਡਾਨਾਂ ਭਰੀਆਂ ਇਹਨਾਂ ਨੇ, ਕਿਹੜੀ ਕਿਹੜੀ ਡੇਟ ਨੂੰ ਤੇ ਕਿਹੜੇ ਕਿਹੜੇ ਪਰਪਸ ਵਾਸਤੇ ਉਡਾਨਾਂ ਭਰੀਆਂ। ਇਹ ਸਾਰੀ ਗੱਲ ਪੰਜਾਬ ਦੀ ਲੋਕਾਂ ਦੀ ਕਚਹਿਰੀ ਵਿੱਚ ਆਉਣੀ ਚਾਹੀਦੀ। ਰਹਿ ਗਈ ਗੱਲ ਬਾਦਲਾਂ ਦੇ ਸਮੇਂ ਦੀ ਮਿਸਯੂਜ਼ ਦੀ, ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਪ੍ਰੋਪਰ ਵਿਜੀਲੈਂਸ ਇਨਕੁਆਇਰੀ ਆਰਡਰ ਕਰਨੀ ਚਾਹੀਦੀ। ਸਰਾਸਰ ਝੂਠੇ ਬੇਬੁਨਿਆਦ ਇਲਜ਼ਾਮ ਲਾਉਂਦੇ ਨੇ। ਮੈਂ ਇੱਕ NDPS ਦਾ ਉਹ ਮਾਮਲਾ ਉਠਾਇਆ ਸੀਗਾ ਜਿਹਦੇ ਵਿੱਚ ਪਰਿਵਾਰ ਦਾ ਪਰਮਿੰਦਰ ਸਿੰਘ ਏਲੀਅਸ ਧਾਨੀ ਜਿਹੜਾ ਲੜਕਾ ਸੀਗਾ, ਉਹਨੂੰ 2 ਦਿਨ ਪਹਿਲਾਂ ਮੋਗੇ ਦੀ ਪੁਲਿਸ ਹਿਰਾਸਤ ਵਿੱਚ ਲੈ ਚੁੱਕੀ ਸੀ ਔਰ ਕੁਦਰਤੀ ਤੌਰ 'ਤੇ ਉਹਦੇ ਘਰ ਦੇ ਆਲੇ ਦੁਆਲੇ ਜਿਹੜੇ CCTV ਕੈਮਰਾਜ ਲੱਗੇ ਸੀਗੇ, ਉਹਦੇ ਹਿਰਾਸਤ ਵਿੱਚ ਲੈ ਜਾਣ ਦੀਆਂ ਤਸਵੀਰਾਂ ਕੈਪਚਰ ਹੋ ਚੁੱਕੀਆਂ ਸੀ। ਅਗਰ ਉਹਨਾਂ ਕੋਲ ਉਹ ਸਬੂਤ ਨਾ ਹੁੰਦੇ ਤਾਂ ਕਿਸੇ ਨੇ ਉਹਨਾਂ ਦੀ ਗੱਲ ਮੰਨਣੀ ਨਹੀਂ ਸੀਗੀ। ਔਰ 2 ਦਿਨ ਹਿਰਾਸਤ 'ਚ ਰੱਖਣ ਤੋਂ ਬਾਅਦ ਪੰਜਾਬ ਦੀ ਪੁਲਿਸ ਨੇ, ਮੋਗੇ ਦੀ ਪੁਲਿਸ ਨੇ ਉਹਦੇ 'ਤੇ 150 ਗ੍ਰਾਮ ਚਿੱਟਾ ਪਾਇਆ, ਇੱਕ ਪਿਸਤੌਲ ਪਲਾਂਟ ਕੀਤਾ। ਸਾਡਾ ਮਕਸਦ ਇਹ ਸੀਗਾ ਕਿ ਇਹ ਚਿੱਟਾ ਪੰਜਾਬ ਦੀ ਪੁਲਿਸ ਦੇ ਕੋਲ ਆਇਆ ਕਿੱਥੋਂ ਆ? ਪਿਸਤੌਲ ਗੈਰ ਕਾਨੂੰਨੀ ਹਥਿਆਰ, ਜਦ ਉਹ ਮੁੰਡਾ ਪੁਲਿਸ ਕਸਟਡੀ ਵਿੱਚ ਆ 2 ਦਿਨ ਦਾ, ਤੇ ਤੀਸਰੇ ਦਿਨ ਉਹਨੂੰ ਦਿਖਾਇਆ ਜਾਂਦਾ ਕਿ ਉਹ ਫਲਾਹ ਸੜਕ ਦੇ ਉੱਤੇ ਜਾ ਰਿਹਾ ਸੀ, ਉੱਥੇ ਪੁਲਿਸ ਨੇ ਨਾਕਾ ਲਾਇਆ ਸੀਗਾ, ਨਾਕੇ ਦੀ ਦੌਰਾਨ ਚੈਕਿੰਗ ਹੋਈ ਤੇ ਉਹਦੇ ਕੋਲੋਂ 150 ਗ੍ਰਾਮ ਚਿੱਟਾ ਤੇ ਇੱਕ ਪਿਸਤੌਲ ਨਿਕਲਿਆ। ਇਹ ਇੱਕ ਰੂਟੀਨ ਮੋਡਸ ਅਪਰੈਂਡੀ ਆ ਪੰਜਾਬ ਪੁਲਿਸ ਦਾ। ਤੁਸੀਂ NDPS ਦੀਆਂ ਟੋਟਲ FIR ਕੱਢ ਕੇ ਦੇਖ ਲਓ, 95% FIR ਵਿੱਚ ਇਹੀ ਲਿਖਿਆ ਜਾਂਦਾ ਵਾ ਕਿ ਫਲਾਹ ਫਲਾਹ ਵਿਅਕਤੀ ਆ ਰਹੇ ਸੀਗੇ, ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ, ਚੈਕਿੰਗ ਦੌਰਾਨ ਉਹਨਾਂ ਕੋਲ ਚਿੱਟਾ ਪਾਇਆ ਗਿਆ, ਚੈਕਿੰਗ ਦੌਰਾਨ ਉਹਨਾਂ ਕੋਲ ਗੈਰ ਕਾਨੂੰਨੀ ਹਥਿਆਰ ਮਿਲੇ। ਇਹ ਪਰਮਜੀਤ ਸਿੰਘ ਧਨੀ ਦਾ ਜਿਹੜਾ ਮਸਲਾ ਹੈ, ਕ੍ਰਿਸਟਲਾਈਜ਼ ਕਲੀਅਰ ਕੱਟ ਮਸਲਾ ਆਫ ਮਿਸਯੂਜ਼ ਆਫ NDPS ਐਕਟ, ਆਈ ਐਮ ਸੇਇੰਗ।
ਅਗਰ ਉਹਦੇ ਕੋਈ ਤਲਕਾਤ ਸੀ ਕਿਸੇ ਦੇ ਨਾਲ, ਕਹਿੰਦੇ ਨੇ ਬਾਅਦ 'ਚ ਕੁਛ ਟੈਲੀਵਿਜ਼ਨ ਚੈਨਲਸ ਨੇ ਕਿਹਾ ਜੀ ਉਹਦੇ ਕੋਈ ਕਿਸੇ ਗੈਂਗਸਟਰ ਨਾਲ ਤਲਕਾਤ ਸੀ, ਉਹਨੂੰ ਉਹਦੇ ਵਿੱਚ ਸਜ਼ਾ ਦਿਓ। ਲੇਕਿਨ NDPS ਦਾ ਦੁਰਉਪਯੋਗ ਕਰਕੇ ਚਿੱਟੇ ਨੂੰ ਗੈਰ ਕਾਨੂੰਨੀ ਢੰਗ ਨਾਲ ਥਾਣੇ ਵਿੱਚ ਪਹਿਲਾਂ ਹਿਰਾਸਤ 'ਚ ਰੱਖ ਕੇ ਉਹਨੂੰ ਪਾਉਣਾ ਅਤੇ ਪਿਸਤੌਲ ਪਾ ਦੇਣਾ, ਇਹ ਸਾਡੀ ਓਬਜੈਕਸ਼ਨ ਸੀ। ਨਾ ਕਿਸੇ ਕਾਂਗਰਸ ਦੇ ਸਪੋਕਸਮੈਨ ਨੂੰ ਸਮਝ ਆਇਆ ਇਸ਼ੂ, ਨਾ ਇਹਨਾਂ ਦੇ ਮੰਤਰੀ ਨੂੰ ਸਮਝ ਆਇਆ ਇਸ਼ੂ। ਐਵੇਂ ਕਮਲੇ ਵਾਂਗੂ ਸਿਰ ਮਾਰ ਮਾਰ ਕੇ ਜਵਾਬ ਦੇ ਜਾਂਦੇ, ਦੇ ਹੈਵ ਨਥਿੰਗ, ਦੇ ਹੈਵ ਜਸਟ ਨੋ ਲੋਜੀਕਲ ਟੂ ਰਿਪਲਾਈ ਟੂ ਆਵਰ ਚਾਰਜਸ ਐਟ ਆਲ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਨਾ ਉਹ ਮੇਰੇ ਤਾਂ ਸਾਰੀ ਪਾਰਟੀ ਦੇ ਮੇਰੇ ਸਪੋਰਟਰਸ ਨੇ, ਜਿੰਨੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਤੋਂ ਲੈ ਕੇ ਆਫਿਸ ਬੇਅਰਸ ਤੱਕ ਨੇ, ਸਾਰੇ ਮੇਰੇ ਮੁਦਈ ਨੇ, ਮੈਂ ਉਹਨਾਂ ਦਾ ਮੁਦਈ ਹਾਂ, ਅਸੀਂ ਇੱਕ ਪਰਿਵਾਰ ਹਾਂ। ਕੁਛ ਅਖਬਾਰਾਂ ਨੇ ਅਗਰ ਇਸ ਤਰ੍ਹਾਂ ਪੋਰਟਰੇ ਕੀਤਾ, ਦੈਟ ਇਜ਼ ਰੋਂਗ। ਉਹ ਸਾਡੀ ਆਮ ਆਦਮੀ ਪਾਰਟੀ ਦੇ ਬੜੇ ਵੈਲਿਊਏਬਲ, ਅੱਛੇ ਆਫਿਸ ਬੇਅਰਸ ਅਤੇ ਚੰਗੇ ਲੋਕ ਨੇ, ਔਰ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਕਿ ਸਾਡੀ ਪੁਰਜ਼ੋਰ ਕੋਸ਼ਿਸ਼ ਹੋਊਗੀ ਕਿ ਆਪਣੇ ਪਰਿਵਾਰ ਨੂੰ ਅਸੀਂ ਸਮੇਟ ਕੇ ਵਾਪਸ ਇਸ ਤਰ੍ਹਾਂ। ਦੇਖੋ, ਬੈਂਸ ਬ੍ਰਦਰਸ ਨਾਲ ਮੇਰੀ ਦੋਸਤੀ ਇੱਦਾਂ ਕੋਈ ਜ਼ਾਤੀ ਨਹੀਂ ਹੁੰਦੀ ਪੋਲੀਟਿਕਸ ਵਿੱਚ। ਉਹ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਦੇ ਨੇ, ਨਸ਼ਿਆਂ ਦੇ ਖਿਲਾਫ ਲੜਾਈ ਲੜਦੇ ਨੇ, ਸਾਡਾ ਅਤੇ ਉਹਨਾਂ ਦੀ ਆਈਡੀਓਲੋਜੀ ਜਦੋਂ ਸੇਮ ਹੁੰਦੀ ਆ, ਉਦੋਂ ਲੋਕਾਂ ਨੂੰ ਕੁਛ ਐਨ ਨਜ਼ਰ ਆਉਂਦਾ। ਪੰਜਾਬ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਬੇਇਨਸਾਫ਼ੀ ਦੇ ਖਿਲਾਫ, ਨਸ਼ਿਆਂ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ, ਬੇਰੁਜ਼ਗਾਰੀ ਦੇ ਖਿਲਾਫ ਕਿੰਨੇ ਲੋਕ ਲੜਦੇ ਨੇ? ਇਸ ਲਈ ਆਈਡੀਓਲੋਜੀਕਲੀ ਵੀ ਆ ਸੇਮ। ਔਰ ਠੀਕ ਆ ਕਿ ਉਸ ਵੇਲੇ ਇਹਨਾਂ ਦਾ ਸਾਡੇ ਨਾਲ ਜਿਹੜਾ ਆਪਸ ਵਿੱਚ ਨਾਤਾ ਟੁੱਟਿਆ ਵਾ, ਆਉਣ ਵਾਲੇ ਸਮੇਂ ਵਿੱਚ ਵੀ ਵਿਲ ਟਰਾਈ ਕਿ ਲਾਈਕ ਮਾਈਂਡਡ ਜਿੰਨੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼ ਨੇ, ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ 2019 ਵਿੱਚ ਵੱਡੀ ਚੁਣੌਤੀ ਨੂੰ ਲੜਿਆ ਜਾ ਸਕੇ। ਇੱਕ ਨਾਮ ਨਹੀਂ, ਦੋ ਨਾਮ ਨਹੀਂ, ਵੀ ਵਿਲ ਕੰਸਿਡਰ ਮੈਨੀ ਅਦਰ ਨੇਮਸ ਇਨ ਪੰਜਾਬ ਜਿਹੜੇ ਲਾਈਕ ਮਾਈਂਡਡ ਨੇ, ਜਿਹੜੇ ਸੈਕੂਲਰ ਨੇ, ਜਿਹੜੇ ਸਾਡੀ ਸੋਚ ਵਿਚਾਰਧਾਰਾ ਦੇ।